ਲੁਧਿਆਣਾ ਦੇ ਪਿੰਡ ਮਲਕਪੁਰ ਬੇਟ ਵਿਖੇ 6 ਰੋਜ਼ਾ ਧਾਰਮਿਕ ਸਮਾਗਮ ਦਾ ਆਯੋਜਨ ਕਰ ਦੀਵਾਨ ਲਗਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਸੰਤ ਬਾਬਾ ਅਮਰੀਕ ਸਿੰਘ ਜੀ, 5 ਭੈਣੀਆਂ ਵੱਲੋਂ ਪਹੁੰਚ ਕੇ ਹਾਜ਼ਰੀ ਲਗਵਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿੱਥੇ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ। ਮੈਸੇਜ ਇਹੀ ਦੇਣਾ ਚਾਹੁੰਦਾ ਵੀ ਜਿਹੜੇ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਵੱਲ ਨੂੰ ਥੋੜ੍ਹਾ ਚੱਲੀ ਗਈ, ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਕੰਨੇ ਵੱਡ ਦੀ ਪਹੁੰਚ ਛੱਕ ਕੇ ਆਪਣੇ ਧਰਮ ਨੂੰ ਪਛਾਣੋ, ਆਪਣੇ ਆਪ ਨੂੰ ਸਮਝੋ, ਨਸ਼ਾ ਤੋਂ ਰਹਿਤ ਹੋ ਕੇ ਮਾਂ ਪਿਓ ਨੂੰ ਸੁੱਖ ਦਿਓ, ਵੱਡੇ ਹੋ ਕੇ ਚੰਗੀਆਂ ਤਰੱਕੀਆਂ ਚੰਗੀਆਂ ਬੁਲੰਦੀਆਂ, ਅਤੇ ਹਰ ਧਰਮ ਪਰਉਪਕਾਰ ਦੇ ਕਰਮ ਕਰੋ, ਲੋਕ ਗਰੀਬੀ ਦੀ ਸੇਵਾ ਕਰੋ ਔਰ ਹਰ ਗਰੀਬ ਦੀ ਮਦਦ ਲਈ ਖੜੋ, ਉਹਨਾਂ ਦੀ ਹੈਲਪ ਕਰੋ। ਇਹੀ ਮੇਰਾ ਮੈਸੇਜ ਹੈ। ਥੋੜ੍ਹਾ ਜਿਹਾ ਖੇਡਾਂ ਖੁੱਡਾਂ ਵੱਲ ਵੀ ਹੋਣ ਅਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਣ ਤਾਂ ਕਿ ਚੰਗਾ ਅੰਦਰ ਸਵੇਲ ਪੈਦਾ ਹੋਵੇ, ਨਸ਼ਾ ਤੋਂ ਰਹਿਤ ਹੋਣ, ਚੜ੍ਹਦੀ ਕਲਾ ਬਖਸ਼ੇ ਪਰਮਾਤਮਾ, ਸਮਤ ਬਖਸ਼ੇ, ਸਾਡੀ ਬੇਨਤੀ ਹੈ। ਜੋ 5 ਭੈਣੀਆਂ ਵਾਲਿਆਂ ਨੇ ਬਾਬਾ ਜੀ ਨੇ 1 ਫਰਵਰੀ ਤੋਂ ਲੈ ਕੇ 6 ਫਰਵਰੀ ਸਾਨੂੰ ਦੀਵਾਨਾ ਸਮਾਂ ਦਿੱਤਾ ਸੀ, ਦੀਵਾਨਾ ਦੀ ਅੱਜ ਸਮਾਪਤੀ ਹੋਈ ਹੈ, 6ਵਾਂ ਦਿਨ ਸੀ। ਇਲਾਕੇ ਦੀਆਂ ਸੰਗਤਾਂ ਨੇ, ਨਗਰ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਔਰ 6 ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਦਾ ਜਸ ਖੱਟਿਆ ਅਤੇ ਬਾਬਾ ਜੀ ਨੇ ਸਾਨੂੰ ਗੁਰੂ ਦੇ ਲੜ ਲਾਇਆ, ਬਹੁਤ ਸਾਨੂੰ ਪ੍ਰੇਰਣਾ ਦਿੱਤੀ। ਨਗਰ ਵਾਸੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਔਰ ਸਾਡੇ ਪਿੰਡ ਦੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਸਾਡੇ ਜਿਹੜੇ ਨੌਜਵਾਨ ਨੇ ਨਸ਼ਾ ਰਹਿਤ ਹੋ ਕੇ ਜਿਹੜੇ ਬਾਬਾ ਜੀ ਦੀਵਾਨਾਂ 'ਤੇ ਬਹੁਤ ਪ੍ਰਭਾਵਿਤ ਹੋਏ ਨੇ। ਮੈਨੂੰ ਉਮੀਦ ਆ ਵੀ ਸਾਡੇ ਜਿਹੜੇ ਦੀਵਾਨ ਨੇ ਇਹ ਬਹੁਤ ਜ਼ਿਆਦਾ ਸਫਲ ਹੋਣਗੇ, ਪਰਮਾਤਮਾ ਦੀ ਕਿਰਪਾ ਹੈ ਸਾਡੇ ਇਸ ਤਰ੍ਹਾਂ ਬਣੀ ਰਹੇਗੀ। ਅੱਜ ਬਾਬਾ ਜੀ ਦਾ ਫਿਰ ਧੰਨਵਾਦ ਕਰਦੇ ਹਾਂ, ਸਾਡੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।